ਹਾਂਜੀ ਪਿਆਰੇ ਬੱਚਿਓ ਨਮਸਕਾਰ ਅੱਜ ਆਪਾਂ ਗੱਲ ਕਰਾਂਗੇ 8ਵੀਂ ਜਮਾਤ ਪੰਜਾਬੀ ਪੁਸਤਕ ਪਾਠ ਨੰਬਰ 24 ਪੂਆ ਇਸ ਪਾਠ ਦੀ ਕਹਾਣੀ ਪੜਾਂਗੇ ਇਸ ਪਾਠ ਦੇ ਪ੍ਰਸ਼ਨ ਉੱਤਰ ਤੁਸੀਂ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਹੋਏ ਲਿੰਕ ਤੋਂ ਕਰ ਸਕਦੇ ਹੋ ਤੇ ਜਿਹੜੇ ਨਵੇਂ ਚ ਆਏ ਨੇ ਇਸ ਚੈਨਲ ਤੇ ਉਹਨਾਂ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਹੁਣ ਆਪਾਂ ਇਸ ਪਾਠ ਦੀ ਕਹਾਣੀ ਪੜਦੇ ਹਾਂ ਪੂਆ ਨੂੰ ਮਿਲਿਆ 10 ਬਰਿਆਂ ਤੋਂ ਦਸਾਂ ਤੋਂ ਪੂਆ ਨੂੰ ਮਿਲਿਆ ਦਸਾਂ ਤੋਂ ਬਧਿਕ ਬਰੇ ਬੀਤ ਗਏ ਸਨ ਮੇਰੇ ਵੱਡੇ ਬਡੇਰਿਆਂ ਚੋਂ ਇਹੋ ਇੱਕ ਨਾਂ ਲੈਣਯੋਗੀ ਪੁਰਾਣੀ ਬੁੱਢੀ ਬਾਕੀ ਸੀ ਅੱਜ ਵੀ ਉਹਨਾਂ ਦਿਨਾਂ ਦੀ ਸੁਪਨੇ ਵਾਂਗ ਮਾੜੀ ਜਿਹੀ ਯਾਦ ਬਾਕੀ ਹੈ ਜਦ ਨਿੱਕੇ ਹੁੰਦੇ ਆਂ ਭੂਆ ਮੈਨੂੰ ਉਂਗਲੀ ਲਾ ਕੇ ਪਿਆਰ ਪੁਚਕਾਰ ਕੇ ਸਕੂਲ ਛੱਡਣ ਜਾਂਦੀ ਹੁੰਦੀ ਸੀ ਤੇ ਅੱਧੀ ਛੁੱਟੀ ਵੇਲੇ ਮੇਰੇ ਲਈ ਮਲਾਈ ਵਾਲੇ ਦੁੱਧ ਦਾ ਕੌਲ ਲਿਆ ਕਰਦੀ ਸੀ ਇਸ ਗੱਲ ਨੂੰ 30 35 ਬਰੇ ਹੋ ਗਏ ਹੋਣੇ ਨੇ ਇੱਕ ਇੱਕ ਕਰਕੇ ਸਾਰੇ ਉਹ ਜਿਹੜੇ ਮੈਨੂੰ ਕਾਕਾ ਪੁੱਤਰਾ ਆਖਣ ਦਾ ਅਧਿਕਾਰ ਰੱਖਦੇ ਸਨ ਮੌਤ ਦਾ ਖਾਜਾ ਬਣ ਚੁੱਕੇ ਸਨ ਪਰ ਮੇਰੀ ਪੂਆ ਕੰਦੀ ਉੱਤੇ ਰੁਖੜਾ ਰੁਖੜਾ ਬਣੀ ਖੜੀ ਸੀ ਹਾਂ ਤੇ ਮੈਂ ਇਤਕੀ ਜਦ ਉਸ ਆਪਣੇ ਇੱਕ ਰਿਸ਼ਤੇ ਦਾ ਹਾਂ ਤੇ ਇਤਕ ਮੈਂ ਇਤਕੀ ਜਿਆਦਾ ਆਪਣੇ ਇੱਕ ਰਿਸ਼ਤੇਦਾਰ ਦੇ ਮੁੰਡੇ ਦੀ ਸ਼ਾਦੀ ਤੇ ਗਿਆ ਤਾਂ ਪੂਆ ਨੂੰ ਮਿਲਣ ਦੀ ਖਾਹਿਸ਼ ਨੂੰ ਮੈਂ ਰੋਕ ਨਾ ਸਕਿਆ ਪਰ ਮੈਂ ਕੱਚੀ ਛੜ ਕੇ ਪੂਰੇ 5 ਮੀਲ ਜਾਂਦੇ ਆ ਤੇ ਇੰਨੇ ਹੀ ਆਉਂਦਿਆਂ ਮੈਨੂੰ ਕੱਢਣੇ ਪੈਣੇ ਸਨ ਗਰਮੀ ਦੀ ਰੁੱਤ ਤੇ ਪਿੰਡੂ ਵਿਆਹ ਸ਼ਹਿਰ ਵਿੱਚ ਰਹਿਣ ਵਾਲੇ ਬੰਦੇ ਨੂੰ ਜੇ 2-4 ਡੰਗ ਅਜਿਹੇ ਵਿਆਹਾਂ ਦੀ ਰੋਟੀ ਖਾਣੀ ਪੈ ਜਾਵੇ ਤਾ ਚਾਰ ਚੌਕੇ 16 ਡੰਗ ਹਾਜਮੇ ਦੇ ਚੂਰਨ ਅਤੇ ਫੱਕੀਆਂ ਵਰਤੇ ਬਿਨਾਂ ਖਲਾਸੀ ਨਹੀਂ ਆਉਂਦੀ। ਚੌਹਾਂ ਡੰਗਾ ਵਿੱਚ ਹੀ ਕੱਚ ਕਰੜ ਪੂਰੀਆਂ ਤੇ ਹੋਰ ਇਹੋ ਜਿਹੇ ਨੱਕ ਸੁੱਕ ਤੋਂ ਦਿਲ ਪਰ ਗਿਆ। ਜਪਣ ਲੱਗਾ ਜਿਵੇਂ ਤਵੇ ਦੇ ਫੁਲਕੇ ਖਾਦਿਆਂ ਜੁਗ ਹੀ ਬੀਤ ਗਿਆ ਹੈ। ਬਥੇਰੀ ਕੋਸ਼ਿਸ਼ ਕੀਤੀ ਕਿ ਹੋਰ ਨਹੀਂ ਤਾਂ ਇੱਕ ਅੱਧ ਡੰਗ ਹੀ ਪੂਰੀਆਂ ਤੋਂ ਛਟਕਾਰਾ ਮਿਲੇ। ਕਿਤਾ ਕਿਤੋਂ ਦੋ ਫੁਲਕੇ ਤੇ ਦਾਲ ਮਿਲ ਸਕਣ ਪਰ ਜਿਹਾ ਹੋਣਾ ਤਾਂ ਤੇਤਿਆਂ ਦੀ ਨਾ ਕਬੱਡੀ ਹੁਣ ਦੇ ਬਰਾਬਰ ਸੀ ਸ਼ੁਕਰ ਸ਼ੁਕਰ ਕਰਕੇ ਦੋ ਰਾਤਾਂ ਗੱਡੀਆਂ ਤੇ ਤੀਜੇ ਦਿਨ ਮੈਂ ਜਾਂਜੀਆਂ ਪਾਸੋਂ ਮਸੇ ਮਸੇ ਖੇੜਾ ਛੜਾ ਕੇ 부ਆ ਦੇ ਪਿੰਡ ਤੁਰ ਪਿਆ ਮੈਨੂੰ ਯਾਦ ਸੀ ਨਿੱਕੇ ਹੁੰਦਿਆਂ ਮੇਰੀ 부ਆ ਪਤਲੇ ਫੁਰਕੇ ਚੁੱਲ੍ਹੇ ਵਿੱਚ ਹੁਲਾ ਕੇ ਕਿੱਡੇ ਪਿਆਰ ਨਾਲ ਖਵਾਇਆ ਕਰਦੀ ਸੀ ਸਵਾਰੀ ਦਾ ਕੋਈ ਪ੍ਰਬੰਧ ਨਾ ਹੋ ਸਕਿਆ ਦੁਪਹਿਰਾਂ ਦਾ ਤੁਰਿਆ ਮੈਂ ਸਾਰੇ ਰਾਹ ਘੱਟਾ ਫਕਦਾ ਕਿਤੇ ਪੈੜੀਆਂ ਵਿੱਚੋਂ ਤੇ ਕਿਤੇ ਸੜਕੇ ਛੜਕੇ ਸੋਤੇ ਪਏ 부ਆ ਦੇ ਪਿੰਡ ਪੁੱਜਾ ਜਾਨ ਵਿੱਚ ਜਾਨ ਆਈ ਜਾਂਦਿਆਂ ਹੀ ਬੜੀ ਕਰਮਵਜੋਸ਼ੀ ਨਾਲ ਮੈ ਭੂਆ ਨੂੰ ਪੈਰੀ ਪੈਣਾ ਕੀਤਾ ਉਸ ਨੇ ਜਿਉ ਆਇਆ ਅੱਖ ਸਦਕੇ ਆਇਆ ਅੱਖ ਦੇ ਆਖਦਿਆਂ ਹੋਇਆ ਮੇਰੀ ਪਿੱਠ ਪਲੋਸੀ ਪਰ ਇਸ ਵਿੱਚੋਂ ਮੈਨੂੰ ਭੂਆ ਦੇ ਪਿਆਰ ਦਾ ਨਿਗ ਨਾ ਲੱਭਿਆ ਅਸਲ ਵਿੱਚ ਗੱਲ ਇਹ ਸੀ ਕਿ ਭੂਆ ਨੇ ਮੈਨੂੰ ਪਛਾਤਾ ਹੀ ਨਹੀਂ ਸੀ ਉਸ ਨੂੰ ਅੰਦਰਾਤੇ ਦੀ ਕਸਰ ਸੀ ਜਦ ਉਸਦੇ ਕਾਕਾ ਕਿੱਥੋਂ ਐ ਤੂੰ ਉੱਤਰ ਵਿੱਚ ਮੈਂ ਆਪਣਾ ਨਾਂ ਦੱਸਿਆ ਤਾਂ ਸਾਰੀ ਦੀ ਸਾਰੀ ਭੂਆ ਮੇਰੇ ਨਾਲ ਲਿਪਟ ਗਈ ਉਸ ਨੇ ਮੇਰਾ ਮੱਥਾ ਚੁੰਮਿਆ ਉੱਚੀ ਦੇ ਕੇ ਪੁਕਾਰ ਉੱਠੀ ਨੀ ਚੰਨਣ ਕੌਰੇ ਕੁੜੇ ਆ ਨਹੀਂ ਨੀ ਭੱਜ ਕੇ ਨਹੀਂ ਮੇਰਾ ਸਿੰਘ ਆਇਆ ਈ ਸੁਖ ਨਾਲ ਬੇ ਮੁੰਡਿਓ ਕੁੜਿਓ ਤੁਹਾਡਾ ਤਾਇਆ ਆਇਆ ਜੀ ਉਸ ਦੀ ਨੂੰ ਭੱਜੀ ਆਈ ਪੂਆ ਦੇ ਪੋਤਰਿਆਂ ਪੋਤੀਆਂ ਨੇ ਆਉਂਦਿਆਂ ਹੀ ਮੇਰੇ ਆਲੇ ਦੁਆਲੇ ਘਿਰਾ ਘੱਟ ਲਿਆ ਬਾਲਾਂ ਵਿੱਚੋਂ ਭਾਵੇਂ ਕਿਸੇ ਨੇ ਵੀ ਇਸ ਤੋਂ ਪਹਿਲਾਂ ਮੇਰੀ ਸ਼ਕਲ ਨਹੀਂ ਵੇਖੀ ਪਰ ਦਾਦੀ ਦੀ ਗਵਾਹੀ ਤੁਹਾਡਾ ਤਾਇਆ ਹੀ ਉਹਨਾਂ ਲਈ ਕਾਫੀ ਸੀ ਪੂਆ ਦੀ ਨੂੰ ਮੈਥੋਂ ਛੋਟੇ ਥਾਂ ਸੀ ਕੁੰਡ ਚੁੱਕਣ ਤੇ ਬੋਲਣ ਚੱਲਣ ਦੀ ਦਲੇਰੀ ਉਹ ਨਾ ਕਰ ਸਕੀ ਮੈਂ ਪੀੜੀ ਤੇ ਬੈਠਾ ਸਾਂ ਉਹ ਆਪੋ ਜੇ ਬੈਠੀ ਦੋਹਾਂ ਥਾਂ ਨਾਲ ਮੇਰੀ ਪਿੱਠ ਮੇਰਾ ਸਿਰ ਮੇਰਾ ਮੂੰਹ ਪਿਆਰ ਦੀ ਹੋਈ ਬਾੜ ਮੇਰੇ ਘਰਵਾਰ ਦੀ ਮੇਰੇ ਬਾਲਾਂ ਮੇਰੀ ਘਰਵਾਲੀ ਦੀ ਸੁੱਖ ਸਾਂ ਦਾ ਪੁੱਛ ਰਹੀ ਸੀ ਤੇ ਮੇਰੇ ਵੱਲੋਂ ਸਿਰਫ ਇੱਕ ਉੱਤਰ ਕੜੀ ਮੁੜੀ ਦੁਹਰਾਇਆ ਜਾ ਰਿਹਾ ਸੀ ਹਾਂਜੀ ਆਹੋ ਜੀ ਜੀ ਮੈਂ ਉਸ ਵੇਲੇ ਸੱਚਮੁੱਚ ਆਪਣੇ ਆਪ ਨੂੰ ਦਾੜੀ ਵਾਲਾ ਕਾਕਾ ਅਨੁਭਵ ਕਰ ਰਿਹਾ ਸੀ ਤੇ ਉਠ ਤੇ ਕੁੜੇ ਉੱਠ ਕੇ ਰੋਟੀ ਟੁਕਦਾ ਆਹਰ ਕਰ ਮੁੰਡਾ ਵੱਡੇ ਵੇਲੇ ਤਾਂ ਭੁੱਖਾ ਪਾਣਾ ਹੋਵੇਗਾ ਕਹਿ ਕੇ ਬੂਆ ਨੇ ਨੂਨ ਉਰ ਸੋਈ ਬਲ ਦਾ ਨਸਾਇਆ ਮੈਂ ਬਥੇਰੀ ਨਾ ਨੁਕਰ ਕੀਤੀ ਪਰ ਉੱਥੇ ਸੁਣਾਈ ਕਾ ਨੂੰ ਹੋਣੀ ਸੀ ਭੁੱਖਾ ਮੈਨੂੰ ਭੁੱਖ ਮੈਨੂੰ ਕਾ ਨਹੀਂ ਸੀ ਦੁਪਹਿਰ ਨੂੰ ਜੰਜ ਦੀ ਵਿਦਾਇਗੀ ਵੇਲੇ ਰੋਟੀ ਤੇ ਉਸ ਤੋਂ ਬਾਅਦ ਕੁਝ ਮਠਾਈ ਖਾਣੀ ਪਈ ਸੀ ਉਸ ਨਾਲ ਤबीयत ਦਿੱਕ ਹੋ ਗਈ ਸੀ ਮੈਂ ਦਿਲ ਨਾਲ ਫੈਸਲਾ ਕੀਤਾ ਸੀ ਕਿ ਸਾਰੀ ਕੁ ਰਾਤੀ ਕੁਝ ਨਹੀਂ ਖਾਵਾਂਗਾ ਓ ਮੇਰੇ ਰੱਬਾ ਮੇਰੇ ਅੰਦਰੋਂ ਡਰ ਪਰ ਇਹ ਆਵਾਜ਼ ਨਿਕਲੀ ਜਦੋਂ ਕੁਝ ਚਿਰ ਬਾਅਦ ਮੈਂ ਆਪਣੇ ਅੱਗੇ ਇੱਕ ਨੱਕੋ ਨੱਕ ਰੋਸਿਆ ਥਾਲ ਵੇਖਿਆ ਚੱਕੀ ਦੇ ਪੁਰ ਜਿੱਡੇ ਦੋ ਪਰੌਂਠੇ ਜਿੰਨਾ ਵਿੱਚੋਂ ਕਿ ਉਹ ਵਗ ਵਗ ਕੇ ਉਸ ਹਿੱਸੇ ਵਿੱਚ ਰਲ ਰਿਹਾ ਸੀ ਜਿੱਥੇ ਮੋਟੀਆਂ-ਮੋਟੀਆਂ ਸੇਵੀਆਂ ਦਾ ਇੱਕ ਤਕੜਾ ਅੰਬਾਰ ਲੱਗਿਆ ਉਸਰਿਆ ਹੋਇਆ ਸੀ ਅੰਬਾਰ ਉਸਰਿਆ ਹੋਇਆ ਸੀ ਤੇ ਜਿਸ ਉੱਤੇ ਬੁੱਕ ਸਾਰੀ ਸ਼ੱਕਰ ਦੀ ਤਹਿ ਬਿਸ਼ੀ ਹੋਈ ਸੀ ਮੈਂ ਸਹਿਮੀ ਨਾਜ਼ਰ ਨਾਲ ਕਦੇ ਥਾਲ ਵੱਲ ਵੇਖਾਂ ਤੇ ਕਦੇ ਆਪਣੇ ਢਿੱਡ ਵੱਲ ਮੂਸਾ ਮੌਤੋਂ ਭੱਜਿਆ ਅੱਗੇ ਮੌਤ ਖੜੀ ਬਾਲੀ ਗੱਲ ਬਣੀ ਹੋਈ ਸੀ ਪਰਜਾਈ ਨੂੰ ਤਾਂ ਮੈਂ ਸੰਗ ਦੇ ਮਾਰੇ ਕੁਝ ਆਖ ਨਹੀਂ ਸਕਦਾ ਤੇ 부ਆ ਨੂੰ ਇਸ ਬਾਬਤ ਕੁਝ ਕਹਿਣਾ ਨਾ ਕਹਿਣਾ ਇੱਕੋ ਜਿਹਾ ਸੀ 부ਆ ਅੱਗੇ ਮੈਂ ਬਥੇਰੇ ਵਾਸਤੇ ਪਾਵਾ 부ਆ ਜੀ ਮੈਨੂੰ ਇੱਕ ਗਰਾਹੀ ਦੀ ਵੀ ਭੁੱਖ ਨਹੀਂ ਮੈਂ ਤਾਂ ਅੱਗੇ ਹੀ ਜੰਝ ਦੀ ਰੋਟੀ ਖਾਣਾ ਕਰਕੇ ਔਖਾ ਹਾਂ ਪਰ ਬਿਨਾ ਮੇਰੀ ਗੱਲ ਧਿਆਨ ਮੇਰੀ ਗੱਲ ਵੱਲ ਧਿਆਨ ਦਿੱਤਿਆਂ 부ਆ ਆਪਣੀਆਂ ਹੀ ਬਾਹੀ ਜਾਵੇ ਫਲਾਂ ਕਾਕਾ ਇਹ ਹੈ ਕਿ ਇਹ ਹੌਲੇ ਹੌਲੇ ਤੇ ਫੁਲਕੇ ਨੇ ਖਾ ਲੈ ਖਾ ਲੈ ਮਾਸ ਅਦਕੀ ਤੇ ਬੂਆ ਜੀ ਇਹ ਨੀਆਂ ਸੇਬੀਆਂ ਕੌਣ ਖਾਏਗਾ ਮੈਂ ਇੱਕ ਵਾਰੀ ਫੇਰ ਕਿਹਾ ਉਹ ਬੋਲੀ ਖਾ ਲੈ ਬੀਬਾ ਪੁੱਤ ਸੇਬੀਆਂ ਦਾ ਕੀ ਏ ਇਹ ਤਾਂ ਐਵੇਂ ਮੂੰਹ ਮਿੱਠਾ ਕਰਨ ਲਈ ਨੇ ਵੇਖ ਨਾ ਪੁੱਤ ਇਹ ਬਾਹਰ ਥਾਵੇਂ ਕੀ ਪਿਆ ਲੱਭਦਾ ਏ ਸ਼ਹਿਰਾਂ ਨਗਰਾਂ ਦੀ ਕੀ ਗੱਲ ਕਰਨਾ ਇਹ ਉੱਥੇ ਤੇ ਜੋ ਬੱਤੀਆਂ ਦਿੰਦਾ ਚੋ ਮੰਗੋ ਮਿਲ ਜਾਂਦਾ ਏ ਸੱਚ ਕਿਸੇ ਆਖਿਆ ਇਹ ਆਖੇ ਸ਼ਹਿਰ ਬਸੰਤੇ ਦੇਵਤੇ ਬਾਰ ਬਸੰਤੇ ਪ੍ਰੇਤ ਬਸੰਦੇ ਪ੍ਰੇਤ ਇੱਥੇ ਦੇ ਇੱਥੇ ਤੇ ਵੀਰਾਂ ਵੀਰਾ ਇਹੋ ਦਾਲ ਸਾਗ ਹੀ ਜੁੜਦਾ ਏ ਤੇਰਾ ਫੁੱਫੜ ਜਿਉਂਦਾ ਸੀ ਅਸੀਂ ਇੱਕ ਵਾਰੀ ਅੰਮਰਸਰ ਗਏ ਸਦਕੇ ਜਾਈਏ ਗੁਰੂ ਦੀ ਨਗਰੀ ਤੋਂ ਸਵੱਬ ਨਾਲ ਮਹਾਰਾਜ ਦੇ ਦਰਸ਼ਨ ਹੋ ਗਏ ਕਰਾਂ ਦੇ ਪਵਾੜਿਆਂ ਚੋਂ ਕਿੱਥੇ ਕਿਸੇ ਦਾ ਨਿਕਾਲ ਹੁੰਦਾ ਏ ਇੱਕ ਵਾਰੀ ਮੇਰੀ ਜਠਾਣੀ ਦੇ ਫੁੱਲ ਗੰਗਾ ਜੀ ਲਿਜਾਣੇ ਸੀ ਤੇ ਮੈਨੂੰ ਆਖਣ ਲੱਗਾ ਸ਼ੰਕਰ ਦੀ ਮਾਂ ਕਿਹੜਾ ਰੋਜ਼-ਰੋਜ਼ ਜਾਇਆ ਜਾਂਦਾ ਏ ਖਸਮ ਨੂੰ ਖਾਣੀਆਂ ਲੋੜਾਂ ਤੇ ਪੂਰੀਆਂ ਹੁੰਦੀਆਂ ਨਹੀਂ ਉਹ ਜਾਣੇ ਤੂੰ ਵੀ ਚਲੀ ਚੱਲਾ ਤੇ ਮੈਂ ਵੀ ਇਸੇ ਸਬਬ ਚਲੀ ਗਈ ਦਿਲ ਤੇ ਬਥੇਰਾ ਕਰਦਾ ਏ ਪਰ ਭਈ ਇੱਕ ਵਾਰੀ ਫੇਰ ਗੰਗਾ ਮਈ ਦੇ ਇਸ਼ਨਾਨ ਕਰਾ ਮਾ ਸ਼ੰਕਰ ਨੂੰ ਕਿੰਨੀ ਵਾਰੀ ਕਿੰਨੀ ਵੇਰਾਂ ਵਾਸਤੇ ਪਾ ਚੁੱਕੀਆਂ ਭਈ ਮੁੰਡਿਆ ਜਿੱਥੇ ਹੋਰ ਸੈਂਕੜੇ ਖਰਚ ਨੇ ਖਾਣਾ ਏ ਇਹ ਵੀ ਜਸ ਖੱਟਾ ਛੱਡ ਪਰ ਉਹ ਤੇ ਸੁਣਦਾ ਹੀ ਨਹੀਂ ਮੇਰੀ ਗੱਲਾਂ ਭੂਆ ਬਿਨਾ ਰੁਕੇ ਆਪਣੀਆਂ ਵਿਆਖਿਆ ਆਪਣੀ ਵਿਆਖਿਆ ਕਰੀ ਜਾ ਰਹੀ ਸੀ ਤੇ ਇਧਰ ਮੈਂ ਸੋਚ ਰਿਹਾ ਸਾਂ ਅੱਗੇ ਜਠਾਣੀ ਦੇ ਫੁੱਲ ਲੈ ਕੇ ਗਈ ਸੈਂ ਹੁਣ ਪਾਵੇਂ ਭਤੀਜੇ ਦੇ ਫੁੱਲਾਂ ਦੀ ਵਾਰੀ ਹੈ ਆਖੀਰ ਇਹੋ ਸੋਚ ਕੇ ਕਿ ਅੱਛਾ ਉਖਲੀ ਵਿੱਚ ਸਿਰ ਦਿੱਤਾ ਹੁਣ ਚਾਰ ਸੱਟਾਂ ਵੱਧ ਗਈ ਤੇ ਚਾਰ ਘਟ ਗਈ ਖਾਣਾ ਸ਼ੁਰੂ ਕੀਤਾ ਅੱਗੇ ਦੋ ਚਾਰ ਬੁਰਕੀਆਂ ਹੀ ਲਾਈਆਂ ਸਨ ਕਿ ਪਰਜਾਈ ਨੇ ਮੰਗਰੇ ਹੋਏ ਕਿ ਉਹਦਾ ਭਰਿਆ ਹੋਇਆ ਕੌਲ ਲਿਆ ਕੇ ਸੇਵੀਆਂ ਉੱਤੇ ਉਲੱਧ ਦਿੱਤਾ ਪਿਓ ਕਿਉ ਸੇਵੀਆਂ ਵਿੱਚੋਂ ਫਿਰਦਾ ਫਰਾਂਦਾ ਸਾਰੇ ਥਾਲ ਵਿੱਚ ਫੈਲ ਗਿਆ ਤੇ ਸੇਵੀਆਂ ਦਾ ਢੇਰ ਸਮੁੰਦਰ ਵਿੱਚ ਖੜੇ ਇੱਕ ਛੋਟੇ ਜਿਹੇ ਜੀਰੇ ਵਾਂਗ ਬਣ ਗਿਆ ਮੈਂ ਬਥੇਰਾ ਨਾ ਨਾ ਕਰਦਾ ਰਿਹਾ ਪਰ ਮੇਰੀ ਕੌਣ ਸੁਣਦਾ ਸੀ ਇਸ ਆਪਸੇ ੜੀ ਮਾਤੋ ਕੀ ਕਣ ਛੁਟਕਾਰਾ ਮਿਲੇ ਬਥੇਰਾ ਸੋਚਿਆ ਪਰ ਕੋਈ ਰਾਹ ਨਾ ਲੱਭਾ ਪਰੋਂਠੇ ਤਾਂ ਖੈਰ ਦੋ ਹੀ ਦੋ ਨਹੀਂ ਤਾਂ ਡੇਢ ਨੂੰ ਮੈਂ ਕਿਸੇ ਤਰ੍ਹਾਂ ਤੁਨ ਤੁਨ ਕੇ ਨੰਗਾ ਲਈ ਪਰ ਸੇਵੀਆਂ ਦਾ ਕੀ ਬਣੇ ਸਲਾਹ ਹੋਈ ਕਿ ਭੂਆ ਨੂੰ ਦਿਸਦਾ ਤੇ ਹੈ ਨਹੀਂ ਹੋਵੇ ਨਾ ਤਾਂ 1 2 ਰੁਗ ਪਰ ਕੇ ਕਿਸੇ ਬੰਨੇ ਛੁੱਟ ਹੀ ਛੱਡਾਂ ਕੁਝ ਤਾਂ ਬਾਹਰ ਹੜਲਾ ਹੋਵੇ ਪਰ ਉਹ ਅੱਖਾਂ ਵਾਲੀ ਕੰਬਖਤ ਪਰਜਾਈ ਦਾ ਕੀ ਕਰਦਾ ਜਿਹੜੀ ਕਿਓ ਦਾ ਕੌਲ ਖਾਦੀ ਕਰਨ ਤੋਂ ਬਾਅਦ ਟਕੋਰੇ ਵਰਗਾ ਮੂੰਹ ਢੁਕਾਈ ਮੇਰੇ ਲਾਗੇ ਬਥੱਲਾ ਮਾਰ ਕੇ ਬੈਠੀ ਸੀ ਚਿੜੀ ਚੋਗੇ ਵਾਂਗ ਮੈਂ ਇੱਕ ਇੱਕ ਸੇ ਵੀ ਮੂੰਹ ਵਿੱਚ ਪਾ ਕੇ ਜਿੱਥੇ ਜਿੱਥੇ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਸਾਂ ਕਿ ਪਰਜਾਈ ਦੇ ਦਿਲ ਵਿੱਚ ਖਬਰ ਹੈ ਤਰਸ ਆ ਗਿਆ ਉਹ ਉੱਠ ਕੇ ਅੰਦਰ ਚਲੀ ਗਈ ਤੇ ਮੈਂ ਕਾਲੀ ਨਾਲ ਸੱਜੇ ਖੱਬੇ ਤੱਕਿਆ ਤੇ ਕਿਸੇ ਪਾਸੇ ਰੁੱਗ ਸੁੱਟਾਂ ਪਿਛਲੀ ਕੰਧ ਦੀ ਨੁਕਰੇ ਇੱਕ ਤੰਦੂਰ ਲੱਗਾ ਹੋਇਆ ਸੀ ਮੈਂ ਸੋਚਿਆ ਇਹੋ ਠੀਕ ਹੈ ਰਾਤ ਨੂੰ ਕਿਸਤੇ ਮੌਕਾ ਮਿਲਿਆ ਤਾਂ ਸਵਾ ਨੂੰ ਹੇਠਾਂ ਉਤਾਹਾਂ ਕਰਕੇ ਟੱਕ ਛੱਡਾਂਗਾ ਬਸ ਤੇ ਮੈਂ ਦਿਲ ਪੀਂਡਾ ਕਰਕੇ ਦਿਲ ਪੀੜਾ ਕਰਕੇ ਜਿੰਨੀਆਂ ਕੁ ਸੇਵੀਆਂ ਮੇਰੀ ਲੱਪ ਵਿੱਚ ਆ ਸਕਦੀਆਂ ਹਨ ਰੁੱਗ ਪਰ ਲਿਆ ਹੱਥ ਪਿਛਾਹਾਂ ਦਾ ਜਾਣ ਲਈ ਥਾਲੀ ਤੋ ਚੁੱਕਿਆ ਹੀ ਸੀ ਕਿ ਫਿਰ ਉਹੀ ਭਾਬੀ ਸਿਰਾਂ ਤੇ ਆਤਮ ਕੀਤੇ ਬਿਨਾਂ ਪੁੱਛਾਂ ਇੱਕ ਹੋਰ ਪਰੌਂਠਾ ਥਾਲੀ ਵਿੱਚ ਦੇ ਮਾਰਿਆ ਸੇਵੀਆਂ ਮੁੱਢ ਥਾਲੀ ਦੇ ਹਵਾਲੇ ਕਰਕੇ ਮੈਂ ਹੱਥ ਪੈਰ ਛੱਡ ਬੱਠਾ ਹੁਣ ਖੈਰ ਨਹੀਂ ਅੱਧ ਵਿੱਚ ਅੱਧਾ ਮਕਾ ਕੇ ਅੱਧ ਵਿੱਚ ਅੱਧਾ ਮਕਾ ਕੇ ਕਿਸੇ ਤਰ੍ਹਾਂ ਇਸ ਕਾਲ ਰੂਪੀ ਥਾਲੀ ਇਸ ਕਾਲ ਰੂਪੀ ਥਾਲ ਤੋਂ ਮੇਰੀ ਖਲਾਸੀ ਹੋਈ ਪਰ ਹੁਣ ਇਥੋਂ ਉੱਠ ਕੇ ਮੰਝੇ ਤਿਕ ਜਾਣ ਦੀ ਹਿੰਮਤ ਬਾਕੀ ਨਹੀਂ ਸੀ ਪੇਟ ਪਾਟਣ ਵਾਲਾ ਹੋ ਰਿਹਾ ਸੀ ਸਾਹ ਨਾਲ ਸਾਹ ਨਹੀਂ ਸੀ ਰਲਦਾ ਆਖਿਰ ਕਿਸੇ ਤਰ੍ਹਾਂ ਇਸ ਮਹਿਮ ਇਹ ਮਹਿਮ ਵੀ ਪੂਰੀ ਹੋਈ ਤੇ ਮੈਂ ਬੇੜੇ ਵਿੱਚ ਵਿਛੇ ਹੋਏ ਬਿਸਤਰੇ ਤੇ ਜਾ ਠਠਾ ਕੜੀਮੁੜੀ ਆਪਣੇ ਆਪ ਨੂੰ ਹਟਕਾਰਦਾ ਸਾਂ ਕਿ ਜੇ ਮੈਂ ਜੇ ਮਰਨਾ ਹੀ ਸੀ ਤਾਂ ਕਰ ਜਾ ਕੇ ਕਿਉਂ ਨਾ ਮਰਨ ਦਾ ਇੰਤਜ਼ਾਮ ਕੀਤਾ ਅਕਲ ਕਾਂਦ ਚ ਜਾਨ ਆ ਗਈ ਸੱਜੋ ਖੱਬਿਓ ਸੱਜੋ ਖੱਬੇ ਤੇ ਖੱਬੇ ਸੱਜੇ ਉਲਟਾ ਉਸਲ ਵਟੇ ਲੈਂਦਾ ਸਾਂ ਪਰ ਕਿਸੇ ਪਾਸੇ ਵੀ ਚੈਨ ਨਹੀਂ ਸੀ ਆਉਂਦਾ ਅਫਰੇਮਾ ਵੱਧਦਾ ਜਾ ਰਿਹਾ ਸੀ ਤੇ ਉਤੋਂ ਆਖਰ ਦਾ ਵਟ ਮੁੜਕਾ ਬਗਬਾਕੀ ਵਿਛਾਈ ਪਿਆ ਉਹ ਰਹਾ ਸੀ ਪੱਖੀ ਮੇਰੇ ਕੋਲ ਪਈ ਸੀ ਪਰ ਫੜਕੇ ਚੱਲਣ ਦੀ ਹਿੰਮਤ ਨਹੀਂ ਸੀ ਅੱਧਾ ਪੌਣਾ ਘੰਟਾ ਮੱਛੀ ਬਾਂਗ ਤੜਫਦਿਆਂ ਹੋਰ ਬਰਦਾਸ਼ਤ ਕਰਨ ਦੀ ਹਿੰਮਤ ਨਾ ਰਹੀ ਉੱਠ ਕੇ ਬੈਠ ਗਿਆ ਤੇ ਸੋਚਣ ਲੱਗਾ ਜੇ ਕੋਈ ਮੁੰਡਾ ਕੁੜੀ ਜਾਗਦਾ ਹੋਵੇ ਤਾਂ ਉਸ ਨੂੰ ਆਖ ਕੇ ਥੋੜੀ ਜਿਹੀ ਜਮਾਨ ਹੀ ਮੰਗ ਵੇਖਾਂ ਤਦਹੀ ਲੰਮਾ ਕੁੰਡ ਚੁੱਕੀ ਪਰਾਈ ਆ ਗਈ ਮੇਰੀ ਮੌਤ ਵਿੱਚ ਜਿਹੜੀ ਰਤਿ ਮਾਸਾਂ ਕਸਰ ਵਕੀ ਸੀ ਸ਼ਾਇਦ ਉਹ ਉਸ ਨੂੰ ਪੂਰਾ ਕਰਨ ਆਈ ਸੀ ਉਸ ਦੇ ਹੱਥ ਵਿੱਚ ਕੰਡਿਆਂ ਦੀਕ ਭਰਿਆ ਹੋਇਆ ਦੁੱਧ ਦਾ ਛੰਨਾ ਸੀ ਪਰਜਾਈ ਦੀ ਥਾਂ ਜੇ ਕਦੇ ਇਹ ਮੇਰੀ ਇਸ ਵੇਲੇ ਮੇਰੀ ਬੌਟੀ ਹੁੰਦੀ ਤਾਂ ਇਹੋ ਸੜਦੇ-ਸੜਦੇ ਦੁੱਧ ਦਾ ਛੰਨਾ ਖੋ ਕੇ ਉਸ ਦੇ ਮੂੰਹ ਤੇ ਚੁੱਕ ਮਾਰਦਾ ਪਰ ਕਰਦਾ ਕੀ ਇਹ ਸੀ ਹੀ ਪਰਜਾਈ ਤੇ ਫਿਰ ਪੂਆ ਦੀ ਨੂੰ ਜਿਸ ਨਾਲ ਨਾ ਬੋਲਦਾ ਨਾ ਚਾਲਾ ਇੱਕ ਵਾਰੀ ਇਨਕਾਰ ਦੂਜੀ ਵਾਰੀ ਤੀਜੀ ਵਾਰੀ ਪਰ ਪਰਚਾਈ ਨੇ ਬੋਲਣਾ ਥੋੜਾ ਸੀ ਹੱਥ ਵਿੱਚ ਕਟੋਰਾ ਲਈ ਜਿਉਂਦੀ ਤਿਉ ਖੜੀ ਰਹੀ ਬੜੀ ਮੁਸੀਬਤ ਬਣੀ ਜਦ ਕੋਈ ਪੇਸ਼ਣਾ ਗਈ ਤਾਂ ਮੈਨੂੰ ਇੱਕ ਬਯੰਤ ਸੁਝੀ ਮੈਂ ਕਟੋਰਾ ਲੈ ਪੈਂਦ ਵੱਲੋਂ ਖੇਸ ਚੁੱਕ ਕੇ ਉੱਥੇ ਟਿਕਾਉਂਦਿਆਂ ਹੋਇਆਂ ਕਿਹਾ ਮੈਨੂੰ ਠੰਡਾ ਪੀਣ ਦੀ ਆਦਤ ਹੈ ਉਹ ਸ਼ਾਇਦ ਆਪਣੇ ਜੇਠ ਨੂੰ ਇੰਨੀ ਖੇਚਲ ਨਹੀਂ ਸੀ ਦੇਣੀ ਚਾਹੁੰਦੀ ਜਾਂ ਖਬਰ ਇਹ ਖਿਆਲ ਕਰਕੇ ਕਿ ਜੇਠ ਜੀ ਦੁੱਧ ਪੀਣ ਲਈ ਬੜੇ ਉਤਾਵਲੇ ਹੋਣਗੇ ਭੱਜ ਕੇ ਗੜਬੀ ਚੁੱਕ ਲਈ ਤੇ ਫੈਂਟ ਫੈਂਟ ਕੇ ਠੰਡਾ ਕਰਨ ਲੱਗੀ ਛੰਨਾ ਫੇਰ ਮੇਰੇ ਹੱਥ ਵਿੱਚ ਖਿਆਲ ਸੀ ਸ਼ਾਇਦ ਫੜਾ ਕੇ ਦੁਰਦੀ ਬਣੇਗੀ ਪਰ ਸਾਸ ਨੇ ਸ਼ਾਇਦ ਉਸ ਨੂੰ ਚੇਤਾਵਨੀ ਕਰਕੇ ਭੇਜਿਆ ਸੀ ਕਿ ਖਾਲੀ ਛੰਨਾ ਲੈ ਕੇ ਮੁੜੇ ਇਸ ਵੇਲੇ ਜੇ ਕਦੇ ਉਸ ਛੰਨੇ ਦੀ ਥਾਂ ਮੈਨੂੰ ਕੋਈ ਸੰਖੀਏ ਦੀ ਗੋਲੀ ਦੇ ਦਿੰਦਾ ਤਾਂ ਨਿਸ਼ਚੈ ਹੀ ਮੈਂ ਉਸ ਨੂੰ ਇਸ ਤੋਂ ਤਰਜੀਹ ਦਿੰਦਾ ਇੱਕ ਕੁੱਟ ਦੋ ਕੁੱਟ ਚਾਰ ਕੁੱਟ ਪਰ ਕੀ ਇਸ ਤਰ੍ਹਾਂ ਇਹ ਛੱਪੜ ਜੱਡਾ ਛੰਨਾ ਮੁਕਣ ਵਾਲਾ ਸੀ ਖਸਮ ਨੂੰ ਖਾ ਗਿਆ ਇਹੋ ਜਿਹਾ ਸੰਕੋਚ ਮੇਰੀ ਨਹੀਂ ਸਲਾਹ ਹਲੇ ਮਰਨ ਦੀ ਦਿਲ ਵਿੱਚ ਇਹ ਸੋਚ ਕੇ ਮੈਂ ਬਸ ਕਹਿੰਦਿਆ ਹੋਇਆ ਛੰਨਾ ਉਸ ਵੱਲ ਵਧਾਇਆ ਪਰ ਉਹ ਫੜਨ ਦੀ ਬਜਾਏ ਇੱਕ ਦੋ ਕਦਮ ਪਿਛਾਂ ਹਟ ਗਈ ਅੱਛਾ ਜਰਾ ਠਹਿਰ ਕੇ ਪੀਅੰਗਾ ਕਹਿ ਕੇ ਮੈਂ ਛੰਨਾ ਜਾਣ ਬੁੱਝ ਕੇ ਮੁੰਜੇ ਦੀ ਪੈੰਦ ਵੱਲ ਹੀ ਤੇ ਰੱਖ ਦਿੱਤਾ ਹੀ ਇੰਨੀ ਚੌੜੀ ਨਹੀਂ ਸੀ ਕਿ ਇਸ ਪ੍ਰਾਂਤ ਜਿੱਡੇ ਛੰਨੇ ਨੂੰ ਚੱਲ ਸਕਦੀ 96 98 ਕਰਦਾ ਛੰਨਾ ਪੁੰਜੇ ਜਾਪਿਆ ਤੇ ਦੁੱਧ ਢੁੱਲ ਗਿਆ ਉਹ ਇਹ ਕਹਿ ਕੇ ਛੰਨਾ ਪੁੰਜੋ ਚੁੱਕਿਆ ਉਹ ਕਹਿ ਕੇ ਮੈਂ ਪੰਨਾ ਮੈਂ ਛੰਨਾ ਜੋ ਚੁੱਕਿਆ ਤੇ ਪਰਜਾਈ ਨੇ ਚੱਟ ਮੇਰੇ ਹੱਥੋਂ ਫੜ ਲਿਆ ਕੀ ਹੋਇਆ ਕੁੜੇ ਕਹਿੰਦੀ ਹੋਈ ਪੂਆ ਆਪਣੀ ਡੰਗੋਰੀ ਖੜਕਾਉਂਦੀ ਮੇਰੇ ਪਾਸ ਆ ਪੁੱਜੀ ਕੁਝ ਨਹੀਂ ਦੁੱਧ ਡੁੱਲ ਗਿਆ ਏ ਨੂਨੇਸ਼ਰਮਿੰਦਗੀ ਭਰੀ ਨੀਵੀਂ ਆਵਾਜ਼ ਵਿੱਚ ਕਿਹਾ ਤੇ ਫਿਰ ਕੀ ਹੋਇਆ ਦੁੱਧ ਦਾ ਕਾਲੇ ਜਾਂ ਹੋਰ ਲੈ ਆ ਜਾ ਕੇ ਕਹਿੰਦੀ ਹੋਈ ਪੂਆ ਮੇਰੇ ਕੋਲ ਆ ਬੈਠੀ ਮੈਂ ਆਖਿਆ ਦੋ ਕੁੜੀਆਂ ਬੈਠ ਕੇ ਦੁੱਖ ਸੁੱਖ ਦੀਆਂ ਗੱਲਾਂ ਕਰਾਂਗੀ ਫਿਰ ਸੋਚਿਆ ਥੱਕਿਆ ਹੋਵੇਂਗਾ ਤਾਂ ਨੂੰ ਆਖਿਆ ਕਰਾਂ ਸੂੰ ਰਮਾਨ ਕਰ ਲਵੇਂ ਦੋ ਕੁੜੀਆਂ ਮੈਦਲ ਵਿੱਚ ਆਖਿਆ 부ਆ ਹੁਣ ਤੂੰ ਜ਼ਰੂਰ ਹਰਦਵਾਰ ਦਾ ਇਸ਼ਨਾਨ ਕਰਵਾਏਂਗੀ ਇਸ ਵੇਲੇ ਨੂਨ ਨੇ ਆ ਕੇ ਹੱਸਦੇ ਕੰਨ ਵਿੱਚ ਕੁਝ ਕਿਹਾ ਤੇ 부ਆ ਨੇ ਗੁੱਸੇ ਨਾਲ ਉੱਤਰ ਦਿੱਤਾ ਕੀ ਆਖਿਆ ਈ ਜਾਗਲਾ ਛੱਡੀਏ ਸਾਰੇ ਨੂਹੀ ਹਾਈ ਰੱਬਾ ਮੈਂ ਕਿਹੀ ਸੜ ਗਈ ਆ ਇਸਾਥੋਂ ਸਾਰੇ ਦੁੱਧ ਨੂੰ ਕਾਹਨੂੰ ਜਾਗ ਫੂਕਣੀ ਸੀ ਮੁੰਡਾ ਵਿਚਾਰਾ ਹੁਣ ਮੇਰਾ ਝਾਟਾ ਪੀਵੇ ਪੀਵੇਗਾ ਸਵੇਰ ਦਾ ਭੁੱਖਾ ਪਾਣਾ ਸੰਧਿਆ ਵੇਲੇ ਦੇ ਦੋ ਫੁਲਕੇ ਖਾਦੇ ਸੂਤ ਤੋਂ ਸੋਤਾ ਪਿਆ ਇਹਨੇ ਬਿਚਾਰੇ ਨੇ ਕੋਈ ਰੋਜ਼ ਰੋਜ਼ ਆਉਣਾ ਹੀ ਸਾਡੇ ਘਰ ਜਹਾ ਜਾ ਕੇ ਰਾਮੇ ਕਿਆਂ ਦੇ ਘਰੋਂ ਦੁੱਧ ਦਾ ਛੰਨਾ ਲਿਆ ਨਾ ਪੂਆ ਜੀ ਤੁਹਾਨੂੰ ਮੇਰੇ ਸਿਰ ਦੀ ਸੋਂ ਜੇ ਦੁੱਧ ਨੂੰ ਭੇਜੋ ਮੈਂ ਤਰਲੇ ਨਾਲ ਕਿਹਾ ਲੈ ਹੋਰ ਸੁਣ ਬੂਆ ਪਿਆਰ ਭਰੀ ਕੁੜ ਕੀ ਨਾਲ ਬੋਲੀ ਇਹ ਵੀ ਕੋਈ ਰਾਹ ਹੈ ਸਵੇਰ ਦਾ ਭੁਖਣ ਪਾਣਾ ਵਾ ਸਦਕੇ ਸ਼ਰਮ ਕਿਹੜੀ ਗੱਲ ਦੀ ਕਰਨੀ ਹੋਈ ਇਹ ਕੋਈ ਬਗਾਨਾ ਕਰੇ ਕਰੇ ਮੈਂ ਤੇ ਸਹਿਕ ਸਹਿਕ ਕੀ ਲਿਆ ਸੀ ਤੈਨੂੰ ਤਿੰਨਾਂ ਘਰਾਂ ਵਿੱਚੋਂ ਤੁញੋਂ ਤੇ ਵੱਡਿਆਂ ਦੀ ਨਿਸ਼ਾਨੀ ਐ ਪੁੱਤਰ ਕਿਹੜੇ ਕਿਹੜੇ ਜਾਫਰ ਨੇ ਜਿਹੜੇ ਤੈਨੂੰ ਦੇਣ ਨਹੀਂ ਅਸੀਂ ਆ ਨਹੀਂ ਪੁੱਤਰ ਕਿਹੜੇ ਕਿਹੜੇ ਜਾਫਰ ਨੇ ਜਿਹੜੇ ਤੈਨੂੰ ਲੈਣ ਲਈ ਅਸੀਂ ਨਹੀਂ ਜਾਲੇ ਹੋਣੇ ਤੇ ਪੂਆ ਬੋਲਦੀ ਗਈ ਮੇਰੇ ਕੰਨ ਪੂਆ ਦੀਆਂ ਗੱਲਾਂ ਵੱਲ ਸੁਨਣਾ ਪਰ ਧਿਆਨ ਬੂਹੇ ਵੱਲ ਸੀ ਪਰਜਾਈ ਆ ਗਈ ਤੇ ਮੈਂ ਰੱਬ ਦਾ ਸ਼ੁਕਰ ਕੀਤਾ ਖਾਲੀ ਕਟੋਰਾ ਉਸਦੇ ਹੱਥ ਵਿੱਚ ਸੀ ਤੇ ਸੱਸ ਨੂੰ ਬੜੀ ਨਿਰਾਸ਼ ਆਵਾਜ਼ ਵਿੱਚ ਕਹਿਣ ਲੱਗੀ ਉਹਨਾਂ ਦੀ ਤੇ ਅੱਜ ਕੱਟੀ ਚੁੰਗ ਗਈ ਏ ਸੁਣਦਿਆ ਸਰਪੂਆ ਬੋਲੀ ਉੱਠੀ ਬਸ ਅਲੱਗ ਗਈ ਅੱਗ ਹੁਣ ਸਾਰੇ ਪਿੰਡ ਨੂੰ ਉਹ ਜੋ ਦੁੱਧ ਜਿਹਨੂੰ ਕੁੱਤੇ ਨਹੀਂ ਕਬੂਲਦੇ ਅੱਜ ਕਾਲ ਪੈ ਗਿਆ ਏ ਮੁੰਡਾ ਆਖੇਗਾ ਕਿਹੜੇ ਚੰਦਰੇਕਰ ਆ ਬੜਿਆ ਵਾ ਜੋ ਦੁੱਧ ਦੀ ਛਿੱਟ ਵੀ ਨਹੀਂ ਜੁੜਦੀ ਤੇ ਉਹ ਸ਼ਰਮਿੰਦਗੀ ਤੇ ਰਹਿਮ ਭਰੇ ਭਾਵਾਂ ਨਾਲ ਮੇਰੀ ਪਿੱਠ ਤੇ ਉੱਤੇ ਪਿੱਠ ਦੇ ਉੱਤੇ ਹੱਥ ਫੇਰਦੀ ਹੋਈ ਬੋਲੀ ਤੇ ਕਾਕਾ ਭੁੱਖਾ ਹੀ ਸਵੇਗਾ ਹੁਣ ਹਾਈ ਮਾਨਸਤ ਕੀ ਕੀ ਹਰ ਮਨ ਪਿਆ ਲੱਗਦਾ ਏ ਮੈਨੂੰ ਪਰ ਮੈਂ ਪੁੰਜੇ ਦੁੱਧ ਦੁੱਲੇ ਹੋਏ ਦੁੱਧ ਵੱਲ ਤੱਕਦਾ ਹੋਇਆ ਦੇਰ ਵਿੱਚ ਕਹਿ ਰਿਹਾ ਸਾਂ ਭਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦ ਅਜਾਬੋਂ ਛੁੱਟੀ ਤਾਂ ਬੱਚਿਓ ਇਹ ਜਿਹੜੀ ਕਹਾਣੀ ਆ ਉਹ ਪੂਰੀ ਹੋ ਗਈ ਹੈ ਠੀਕ ਹੈ ਇਸ ਦੇ ਪਰਿਸ਼ੰਨ ਉਤਰ ਤੁਹਾਨੂੰ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣਗੇ ਤੇ ਹੁਣ ਤੁਹਾਡੇ ਲਈ ਅਗਲਾ ਪਾਠ ਲੈ ਕੇ ਜਲਦ ਹਾਜ਼ਰ ਹੋਵਾਂਗੇ ਧੰਨਵਾਦ